ਸੁਖਦੀਪ ਸਿੰਘ ਢੀਂਡਸਾ ਤੋਂ ਬਾਅਦ ਇਸ ਟਾਈਮ 'ਤੇ ਜਿਹੜੀ ਵੱਡੀ ਖਬਰ ਅੰਮ੍ਰਿਤਸਰ ਤੋਂ ਹੈਗੀ ਹੈ ਕਿ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਨੇ ਅਸਤੀਫਾ ਦਿੱਤਾ। ਅਸਤੀਫੇ ਦੇ ਮੁੱਖ ਕਾਰਨ ਵਾਸਤੇ ਸਾਡੇ ਨਾਲ ਹੀ ਖੜੇ ਹੈਗੇ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਬ੍ਰਹਮਪੁਰਾ ਸਾਹਿਬ ਅਸਤੀਫੇ ਦੇ ਕੀ ਮੁੱਖ ਕਾਰਨ ਸਨ। ਮੁੱਖ ਕਾਰਨ ਇਹ ਹੈ ਕਿ ਜਿਹੜੀ ਪਹਿਲੀ ਮੁੱਖ ਕਾਰਨ ਤਾਂ ਇਹ ਆ ਕਿ ਮੈਂ ਜਿਹੜੀ ਆਪਣੀ ਸਿਹਤ ਹੈ, ਮੇਰੀ 81 ਸਾਲ ਦੀ ਉਮਰ 'ਚ ਮੈਂ ਹੋ ਜਾਣਾ 82ਵੇਂ ਚੜ੍ਹ ਬਣਾ, ਸਿਹਤ ਮੇਰੀ ਜਿਹੜੀ ਆ ਉਹ ਠੀਕ ਨਹੀਂ, ਇਸ ਕਰਕੇ ਮੈਂ ਜਿਹੜਾ ਅਸਤੀਫਾ ਦਿੱਤਾ। ਪਿੱਛੇ ਜੇ ਕਿਆਸ ਰਹੀਆਂ ਲਗਾ ਰਹੀਆਂ ਜਾ ਰਹੀਆਂ ਹੈਗੀਆਂ ਕਿ ਕਿਤੇ ਨਾ ਕਿਤੇ ਇਹਦਾ ਇਹ ਸਿਆਸੀ ਕਾਰਨ ਤੁਸੀਂ ਦੱਸ ਰਹੇ ਆ, ਪਰ ਤੁਸੀਂ ਇੱਕ ਗੱਲ ਕੀਤੀ ਹੈਗੀ ਬਹਿਬਲ ਕਲਾ ਗੋਲੀਕਾਂਡ ਦੀ, ਤਾਂ ਕਿਤੇ ਨਾ ਕਿਤੇ ਜਿਹੜਾ ਬੈਕਫੁੱਟ 'ਤੇ ਗਿਆ ਇਸ ਟਾਈਮ ਅਕਾਲੀ ਦਲ, ਮੇਨ ਕਾਰਨ ਉਸ ਚੀਜ਼ ਨੂੰ ਤੁਸੀਂ ਮੰਨਦੇ? ਵੇਖੋ ਜੀ, ਇਹ ਤਾਂ ਗੱਲ ਪੱਕੀ ਹੈ ਨਾ ਕਿ ਜਿਹੜੀ ਉਹ ਜਿਹੜਾ ਰਾਮ ਰਹੀਮ ਆ ਸਾਧ, ਜਿਹੜਾ ਉਹਨੂੰ ਅਕਾਲ ਤਖ਼ਤ ਸਾਹਿਬ ਨੇ ਮਾਫ਼ ਕੀਤਾ, ਇਹ ਤਾਂ ਬਹੁਤ ਵੱਡੀ ਰਿਜੈਂਟਮੈਂਟ ਆ ਲੋਕਾਂ ਦੇ ਵਿੱਚ, ਗਲਤੀ ਉੱਥੋਂ ਗਲਤ ਕੰਮ ਹੋਇਆ। ਔਰ ਇਸੇ ਹੀ ਤਰ੍ਹਾਂ ਜਿਹੜਾ ਬਰਗਾੜੀ ਦਾ ਕਾਂਡ ਆ, 3 ਸਾਲ ਹੋ ਗਏ ਉਹ ਕਾਂਡ ਨੂੰ, ਲੋਕਾਂ 'ਚ ਬੜੀ ਰਿਜੈਂਟਮੈਂਟ ਆ ਔਰ ਅਜੇ ਤੱਕ ਉਹਦਾ ਕੋਈ ਮਸਲਾ ਹੱਲ ਨਹੀਂ ਹੋਇਆ। ਇਸ ਕਰਕੇ ਵੀ ਅਸੀਂ ਸਮਝਦੇ ਹਾਂ ਵੀ ਅਕਾਲੀ ਦਲ ਨੂੰ, ਖਾਸ ਕਰਕੇ ਅਕਾਲੀ ਦਲ ਪਾਰਟੀ ਨੂੰ ਬਹੁਤ ਵੱਡਾ ਇਹ ਧੱਕਾ ਵੱਜਾ, ਇਸੇ ਕਰਕੇ ਸਾਡੀ ਅੱਜ ਸਰਕਾਰ ਨਹੀਂ ਬਣ ਸਕੀ, ਹੋਰ ਤਾਂ ਕੋਈ ਕਾਰਨ ਨਹੀਂ। ਬ੍ਰਹਮਪੁਰਾ ਸਾਹਿਬ, ਪਰ ਸਰਕਾਰ ਤੁਹਾਡੀ ਸੀ ਜਦੋਂ ਉਸ ਟਾਈਮ ਦੇ ਉੱਤੇ 2 ਸਿੰਘ ਸ਼ਹੀਦ ਹੋਏ ਸੀ, ਸਰਕਾਰ ਤੁਹਾਡੀ ਸੀ, ਤੁਸੀਂ ਉਸ ਟਾਈਮ ਦੇ ਉੱਤੇ ਕਿਉਂ ਨਹੀਂ ਇਹ ਮੁੱਦੇ ਉਠਾਏ, ਕਿਉਂ ਨਹੀਂ ਇਸ ਲੋਕਾਂ ਦੇ ਵਿੱਚ ਆਏ? ਤੁਹਾਂ ਇੱਕ ਟਾਈਮ ਉਹ ਆ ਗਿਆ ਸੀ ਅਕਾਲੀ ਦਲ ਨੂੰ ਸੜਕਾਂ 'ਤੇ ਉਤਰਨ ਵਾਸਤੇ ਮੁਸ਼ਕਲ ਸੀ, ਪਰ ਉਦੋਂ ਕਿਉਂ ਨਹੀਂ ਮੁੱਦੇ? ਉਦੋਂ ਵੀ ਅਸੀਂ ਆਪਣੇ ਪਾਰਟੀ ਦੇ ਵਿੱਚ ਅੰਦਰ ਰਹਿ ਕੇ ਇਹ ਮੁੱਦੇ ਉਦੋਂ ਵੀ ਉਠਾਏ ਸੀ ਔਰ ਪਾਰਟੀ ਨੂੰ ਕਿਹਾ ਸੀ ਵੀ ਤਕੜੇ ਹੋ ਕੇ ਇਹ ਜਿਹੜਾ ਲੋਕਾਂ ਨੂੰ ਇਨਸਾਫ ਦਿਓ ਔਰ ਇਹ ਜਿਹੜੇ ਮੁੱਦੇ ਇਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼। ਅੱਜ ਦੀ ਨਾਰਾਜ਼ਗੀ ਤਾਂ ਕਰਕੇ ਜਿਹੜਾ ਤੁਸੀਂ ਅਸਤੀਫਾ ਦਿੱਤਾ ਹੈਗਾ, ਕਿਤੇ ਨਾ ਕਿਤੇ ਪੁੱਛਗਿੱਛ ਮੈਂ ਕਹੂੰਗਾ 73 ਜਿਹੜੇ ਲੀਡਰ ਸੀ ਉਹਨਾਂ ਦੀ ਪੁੱਛਗਿੱਛ ਘਟੀ ਹੈ, ਕਿਤੇ ਇਹ ਕਾਰਨ ਤਾਂ ਨਹੀਂ ਕਹਿ ਸਕਦੇ? ਨਹੀਂ, ਨਾਰਾਜ਼ਗੀ ਕੋਈ ਨਹੀਂ, ਅਸਤੀਫਾ ਮੈਂ ਮੇਰੀ ਸਿਹਤ ਜਿਹੜੀ ਠੀਕ ਨਹੀਂ ਇਸ ਕਰਕੇ ਢੀਂਡਸਾ ਸਾਹਿਬ ਦੇ ਇਹ ਮੁੱਖ ਕਾਰਨ ਹੈਗਾ ਕਿ ਬਿਲਕੁਲ ਜੇ ਆਪਾਂ ਵੇਖੀਏ ਕਿ ਬਾਦਲ ਸਾਹਿਬ ਜੇ ਇਸ ਟਾਈਮ ਸੇਵਾਵਾਂ ਕਰ ਸਕਦੇ ਸ਼੍ਰੋਮਣੀ ਅਕਾਲੀ ਦਲ ਦੀਆਂ, ਕਿਉਂ ਤੁਸੀਂ ਪਿੱਛੇ ਹਟ ਰਹੇ ਹੋ ਜੇ ਤੁਹਾਡੇ ਤੋਂ ਲੰਬੇਰੀ ਉਮਰ ਵਾਲੇ ਸੇਵਾਵਾਂ ਕਰ ਸਕਦੇ ਆ, ਪਰ ਬ੍ਰਹਮਪੁਰਾ ਸਾਹਿਬ ਢੀਂਡਸਾ ਸਾਹਿਬ ਕਿਉਂ ਪਿੱਛੇ ਹੋ ਰਹੇ? ਇੰਨੇ ਸਵਾਲਾਂ ਦਾ ਜਵਾਬ ਮੈਂ ਤੁਹਾਨੂੰ ਦੇਤਾ ਤੇ ਇਹ ਗੱਲ ਦਾ ਤੁਸੀਂ ਆਪੇ ਜਵਾਬ ਲੱਭ ਲਓ। ਬਿਲਕੁਲ ਜੀ, ਕਾਰਨ ਆਪਾਂ ਸਮਝ ਸਕਦੇ ਹੈਗੇ ਹਾਂ ਕਿ ਇਹ ਜਿਹੜਾ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਨੇ ਅਸਤੀਫਾ ਦਿੱਤਾ ਹੈਗਾ ਇੱਕ ਹਾਸੇ ਦੇ ਵਿੱਚ, ਨਾ ਕਾਰਨ ਦੱਸਿਆ ਕਿ ਕਾਰਨ ਤੁਸੀਂ ਸਮਝ ਸਕਦੇ ਹੋ, ਕੇਵਲ ਨਾਰਾਜ਼ਗੀ ਹੈਗੀ ਆ ਪਾਰਟੀ ਤੋਂ, ਬਸ ਬੋਲਣਾ ਨਹੀਂ ਚਾਹੁੰਦੇ, ਕਿਤੇ ਨਾ ਕਿਤੇ ਕੁਰਸੀਆਂ ਦਾ ਖਤਰਾ ਹੈਗਾ, ਆਉਣ ਵਾਲੇ ਸਮੇਂ 'ਚ ਇਲੈਕਸ਼ਨ ਆ, ਇਲੈਕਸ਼ਨ ਦੇ ਵਿੱਚ ਪਰਿਵਾਰਵਾਦ ਵੀ ਹੈਗਾ, ਕਿਤੇ ਨਾ ਕਿਤੇ ਵੋਟਾਂ ਵੀ ਚਾਹੀਦੀਆਂ ਅਤੇ ਪਰਿਵਾਰਵਾਦ ਨੂੰ ਟਿਕਟਾਂ ਵੀ ਚਾਹੀਦੀਆਂ, ਸ਼ਾਇਦ ਇਹੋ ਹੀ ਮੁੱਖ ਕਾਰਨ ਹੈ ਕਿ ਜੇ ਮੈਂ ਅੱਜ ਪਾਰਟੀ ਪ੍ਰਤੀ ਵਫਾਦਾਰੀ ਨਾ ਨਿਭਾਈ, ਸ਼ਾਇਦ ਮੈਨੂੰ ਹੋ ਸਕਦਾ ਵੋਟਾਂ ਨਾ ਮਿਲਣ, ਸ਼ਾਇਦ ਹੋ ਸਕਦਾ ਮੈਨੂੰ ਟਿਕਟਾਂ ਮਿਲਣ, ਮੁੱਖ ਕਾਰਨ ਤਾਂ ਇਹੋ ਹੀ ਆ, ਪਰ ਕਿਤੇ ਨਾ ਕਿਤੇ ਲੋਕਾਂ ਦੀ ਕਚਹਿਰੀ ਜਾਣ ਦੇ ਕਾਰਨ ਕਿ ਅੱਜ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਾਹਰ ਜਾਣਾ ਮੁਸ਼ਕਲ ਸੀ, ਸ਼ਾਇਦ ਇਹ ਲੋਕਾਂ ਦੀ ਕਚਹਿਰੀ ਜਾਣ ਦੇ ਕਾਰਨ ਇਹ ਸਭ ਅਸਤੀਫੇ ਦਿੱਤੇ ਜਾ ਰਿਹਾ, ਕਿਤੇ ਨਾ ਕਿਤੇ ਸੁਖਦੇਵ ਸਿੰਘ ਢੀਂਡਸਾ ਤੋਂ ਬਾਅਦ 'ਚ ਇੱਕ ਡਰਾਮੇਬਾਜ਼ੀ ਕਹਿ ਸਕਦੇ ਹੈਗੇ ਆ, ਇਹਦਾ ਹੋਰ ਕੋਈ ਮੁੱਖ ਕਾਰਨ ਨਹੀਂ। ਪਾਰਟੀ ਦੇ ਵਿੱਚ ਰਹਿ ਕੇ ਸੇਵਾ ਕੀਤੀ ਜਾਊਗੀ, ਸੇਵਾ ਦੇ ਵਿੱਚ ਉਹਨਾਂ ਦਾ ਬੇਟਾ ਆਪਣੀਆਂ ਸੇਵਾਵਾਂ ਜਾਰੀ ਰੱਖੂਗਾ, ਪਰ ਪਿਤਾ ਜੀ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ, ਰਣਜੀਤ ਸਿੰਘ ਬ੍ਰਹਮਪੁਰਾ ਜੀ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ, ਇਹਦੇ ਮੁੱਖ ਕਾਰਨ ਤੁਸੀਂ ਆਪ ਹੀ ਜਾਣਦੇ ਹੋ, ਸੇਵਾਵਾਂ ਜਾਰੀ ਰਹਿਣਗੀਆਂ ਪਰ ਪਾਰਟੀ ਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਕੰਮ ਨਹੀਂ ਕਰਨਗੇ। ਇੱਕ ਨਾਰਾਜ਼ਗੀ ਹੈਗੀ ਜਿਹੜੀ ਚਿਹਰੇ ਤੋਂ ਸਾਫ਼ ਝਲਕ ਰਹੀ ਸੀ, ਪਰ ਸ਼ਾਇਦ ਉਹ ਮੀਡੀਆ ਸਾਹਮਣੇ ਇਹਦਾ ਸਵਾਲ ਦਾ ਜਵਾਬ ਨਹੀਂ ਦੇ ਸਕੇ। ਅੱਜ ਤੁਹਾਨੂੰ ਤਾਂ ਤਕਲੀਫ ਦਿੱਤੀ ਆ ਕਿ ਅਸੀਂ ਤੁਹਾਨੂੰ ਕੋਈ ਬਹੁਤ ਇੰਪੋਰਟੈਂਟ ਜਿਹੜੀ ਨਿਊਜ਼ ਉਹ ਦੇਣਾ ਚਾਹੁੰਦੇ ਹਾਂ। ਉਸ ਦਿਨ ਵੀ ਅਸੀਂ ਕਾਨਫਰੰਸ ਵਿੱਚ ਕੀਤੀ ਸੀ, ਤੁਸੀਂ ਹਾਜ਼ਰ ਹੋਏ ਸੀ, ਸਾਰੇ ਜਣੇ ਆਏ ਸੀ, ਅਤੇ ਉਸ ਦਿਨ ਤੁਸੀਂ ਸਾਨੂੰ ਕਹਿੰਦੇ ਸਾਂ ਬਈ ਕੋਈ ਗਰਮੋ ਗਰਮ ਜਿਹੜੀ ਖਬਰ ਆ ਉਹ ਤਾਂ ਕੋਈ ਨਹੀਂ ਦਿੱਤੀ, ਅਤੇ ਅੱਜ ਤੁਹਾਨੂੰ ਇਹ ਦਿੰਦੇ ਹਾਂ ਕਿ ਮੈਂ ਪਾਰਟੀ ਦਾ ਸੀਨੀਅਰ ਵਾਈਸ ਪ੍ਰੈਜੀਡੈਂਟ ਹੈ, ਕੋਰ ਕਮੇਟੀ ਦਾ ਮੈਂਬਰ ਹਾਂ, 60 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਹਾਂ। 1961 ਦੇ ਵਿੱਚ ਮੈਂ ਪਹਿਲੀ ਆਪਣੀ ਗ੍ਰਿਫਤਾਰੀ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਐਜੀਟੇਸ਼ਨ ਲਾਈ ਸੀ ਤਾਂ ਉੱਥੇ ਦਿੱਤੀ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਇਮਾਨਦਾਰੀ ਦੇ ਨਾਲ ਕੰਮ ਕਰਦਾ ਰਿਹਾ। ਪਾਰਟੀ ਦੇ ਹਰ ਸਮੇਂ 'ਤੇ ਕਿੱਡਾ ਵੀ ਕੋਈ ਔਖਾ ਕੰਮ ਹੋਇਆ, ਕੋਈ ਪ੍ਰੋਬਲਮ ਆਈ, ਦੁੱਖ ਸੁੱਖ ਦੇ ਵਿੱਚ ਸਹਾਈ ਹੁੰਦਾ ਰਿਹਾ, ਕਿਉਂਕਿ ਹੁਣ ਉਮਰ ਵੱਡੀ ਹੋ ਗਈ ਆ, 81 ਸਾਲ ਦੀ ਮੇਰੀ ਉਮਰ ਹੋ ਗਈ ਆ, ਅਤੇ ਅੱਜ ਤੁਹਾਨੂੰ ਇਸ ਕਰਕੇ ਤਕਲੀਫ ਦਿੱਤੀ ਆ ਕਿ ਮੈਂ ਪਾਰਟੀ ਦੇ ਵਿੱਚ ਅੱਗੇ ਅੱਗੋਂ ਕੰਮ ਨਹੀਂ ਜ਼ਿੰਮੇਵਾਰੀ ਨਾਲ ਕਰ ਸਕਦਾ, ਇਸ ਕਰਕੇ ਮੈਂ ਸੀਨੀਅਰ ਵਾਈਸ ਪ੍ਰੈਜੀਡੈਂਟ
ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇ ਤੋਂ ਅਤੇ ਕੋਰ ਕਮੇਟੀ ਦੇ ਅਹੁਦੇ ਤੋਂ ਮੈਂ ਅਸਤੀਫਾ ਦਿੰਦਾ ਪਾਰਟੀ ਨੂੰ। ਮੈਂ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਸੱਚਾ ਸਿਪਾਹੀ ਹਾਂ। ਅਥਾਹ ਮੇਰਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪਿਆਰ ਆ। ਅਕਾਲੀ ਦਲ ਮੇਰੇ ਵਾਸਤੇ ਮੇਰੀ ਮਾਂ ਪਾਰਟੀ ਆ। ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ, ਮੈਂ ਤਕਰੀਬਨ 10-12 ਸਾਲ ਜੇਲ੍ਹ ਵੀ ਕੱਟੀ ਆ ਅਤੇ ਮੈਂ ਅਕਾਲੀ ਦਲ ਦੇ ਵਿੱਚ ਬਤੌਰ ਛੋਟਾ ਜਿਹਾ ਸਿਪਾਹੀ ਜਿੰਨਾ ਚਿਰ ਮੈਂ ਜੀਂਦਾ ਮੈਂ ਕੰਮ ਕਰਦਾ ਰਹੂੰਗਾ। ਔਰ ਪਰਮਾਤਮਾ ਗਾੜੀ ਅਰਦਾਸ ਵੀ ਕਰਦਾ ਰਹੂੰਗਾ ਕਿ ਮਹਾਰਾਜ ਸ਼੍ਰੋਮਣੀ ਅਕਾਲੀ ਦਲ ਨੂੰ ਚੜ੍ਹਦੀ ਕਲਾ ਚੜ੍ਹੇ। ਬ੍ਰਹਮਪੁਰਾ ਸਾਰੇ ਅਸੀਂ ਕਰਾਂਗੇ ਜੀ, ਪਰਿਵਾਰ ਹੀ ਕਰਾਂਗੇ, ਸਾਰਾ ਪਰਿਵਾਰ ਅਸੀਂ ਜੋ ਵੀ ਅੱਗੇ ਹਾਂ ਉਸੇ ਤਰ੍ਹਾਂ ਹੀ ਕੰਮ ਤੱਕ ਉਸੇ ਤਰ੍ਹਾਂ ਹੀ ਕਰਾਂਗੇ, ਕੰਮ ਦਾ ਨਹੀਂ ਕੋਈ। ਪਰ ਅਸੀਂ ਜਿਹੜੀਆਂ ਜ਼ਿੰਮੇਵਾਰੀ ਦੀਆਂ ਇਹ ਜਿਹੜੇ ਕੰਮ ਨੇ ਇਹ ਕੋਰ ਕਮੇਟੀ ਆ ਜਾਂ ਸੀਨੀਅਰ ਵਾਈਸ ਪ੍ਰੈਜੀਡੈਂਟ ਸ਼੍ਰੋਮਣੀ ਅਕਾਲੀ ਦਲ ਤੋਂ ਇਸ ਤੋਂ ਮੈਂ ਆਪਣਾ ਅਸੀਂ ਪਾਰਟੀ ਨੂੰ ਅਸਤੀਫਾ ਭੇਜ ਦਿਆਂਗੇ। ਪਹਿਲਾਂ ਤੁਹਾਨੂੰ ਹੀ ਦੱਸਿਆ ਫਿਰ ਅਸੀਂ ਕਿਹਾ ਤੁਸੀਂ ਕਹੋਗੇ ਪਹਿਲਾਂ ਭੇਜ ਕੇ ਮਗਰੋਂ ਦੱਸਿਆ, ਅਜੇ ਵਿੱਚ ਹੀ ਨਾ ਕਰ ਲਿਓ ਕਦੇ, ਕਿਉਂਕਿ ਮੇਰੀ ਆਦਤ ਐਵੇਂ ਗੱਲ ਕਰ ਦਿੰਦਾ ਮੈਂ। ਬਾਕੀ ਲੋਕ ਸਭਾ ਦੀ ਜਿਹੜੀ ਚੋਣ ਆਉਣੀ ਹੈ 2019 ਦੇ ਵਿੱਚ, ਮੈਂ ਖਡੂਰ ਸਾਹਿਬ ਪਾਰਲੀਮੈਂਟਰੀ ਹਲਕੇ 'ਚੋਂ ਅੱਗੇ ਮੈਂਬਰ ਬਣਿਆ ਸਾਂ। ਹੁਣ ਮੈਂ ਪਾਰਲੀਮੈਂਟ ਦਾ ਉਮੀਦਵਾਰ ਨਹੀਂ ਗਾ, ਪਾਰਟੀ ਜਿਹਨੂੰ ਵੀ ਟਿਕਟ ਦੇਊਗੀ ਉਹਦੀ ਮਦਦ ਕਰੂੰਗਾ। ਮੈਂ ਚੋਣ ਨਹੀਂ ਲੜੂ। ਨਹੀਂ ਅੱਜ ਹੁਣ ਆਪਾਂ ਬਿਲਕੁਲ ਬਿਲਕੁਲ ਅਸੀਂ ਪਾਰਟੀ ਦੇ ਸੇਵਾਦਾਰ ਹਾਂ, ਅਕਾਲੀ ਜੰਮੇ ਆ, ਅਕਾਲੀ ਰਹਿਣਾ, ਅਕਾਲੀ ਮਰਨਾ। ਸਾਰਾ ਕੁਛ ਟਾਈਮ ਨਾਲ ਹੋਊਗਾ। ਮੈਂ ਇਹ ਜਿਹੜਾ ਆਪਣਾ ਜਿਹੜਾ ਅਸਤੀਫਾ ਵਾ ਇਹ, ਕਿਉਂਕਿ ਮੈਂ ਤੁਹਾਡੇ ਨਾਲ ਪਹਿਲਾਂ ਹੀ ਗੱਲ ਸ਼ੁਰੂ ਤੁਹਾਡੇ ਨੇ ਕੀਤੀ ਆ, ਮੈਂ ਆਪਣਾ ਅਸਤੀਫਾ ਜਿਹੜਾ ਵਾ ਉਹ ਆਪਣੇ ਪਾਰਟੀ ਪ੍ਰਧਾਨ ਨੂੰ ਵੀ ਭੇਜ ਦੂੰਗਾ ਔਰ ਦਫ਼ਤਰ ਦੇ ਵਿੱਚ ਵੀ ਇਹ ਜਿਹੜਾ ਭੇਜ ਦੂੰਗਾ ਅਤੇ ਅਸੀਂ ਤਕੜੇ ਹੋ ਕੇ ਪਾਰਟੀ ਦਾ ਕੰਮ ਕਰਾਂਗੇ। ਪਰ ਅਸੀਂ ਮਾਫ ਕਰਨਾ ਜੀ, ਫਿਰ ਜਥੇਦਾਰ ਤਾਂ ਸਮਝੋ ਵਿਕਾਸ ਤੱਕ ਸਕਦੇ ਆ, ਫਿਰ ਥੱਲੇ ਅਸੀਂ ਤਾਂ ਥੱਲੇ ਹੀ ਆਉਂਦੇ ਹਾਂ। ਪਾਰਟੀ ਬਹੁਤ ਬੰਦੇ ਬਹੁਤ ਛੋਟੇ ਹੁੰਦੇ, ਪਾਰਟੀ ਬਹੁਤ ਵੱਡੀ ਹੁੰਦੀ ਆ। ਪਾਰਟੀ ਨੂੰ ਕੀ ਆ, ਪਾਰਟੀ ਤਾਂ ਚੱਲੀ ਜਾਏਗੀ। ਤੁਸੀਂ ਦੇਖੋ ਹਾਂਜੀ, ਅਚਾਨਕ ਨਹੀਂ ਮੱਥਾ ਵੀ ਜਾਗਰ ਜਿਵੇਂ ਟੇਕਰ ਨੂੰ ਇਹੀ ਕਿਹਾ ਮਹਾਰਾਜ ਤੰਦਰੁਸਤੀ ਬਖਸ਼ੋ, ਪੰਥ ਦੀ ਚੜ੍ਹਦੀ ਕਲਾ ਕਰੋ, ਸਰਬੱਤ ਦਾ ਭਲਾ ਕਰੋ, ਇਹੋ ਜਿਹੀਆਂ ਗੱਲਾਂ ਹੀ ਉੱਥੇ ਜਾ ਕੇ ਕੀਤੀਆਂ। ਉੱਥੇ ਵੀ ਹਾਂਜੀ, ਨਹੀਂ ਕਾਰਨ ਕਾਰਨ ਕੋਈ ਨਹੀਂ, ਕਾਰਨ ਇਹੋ ਹੀ ਆ ਬਸ ਜਿਹੜਾ ਤੁਹਾਨੂੰ ਦੱਸਿਆ। ਹਾਂਜੀ, 7 ਤਰੀਕ ਤੋਂ ਪਹਿਲਾਂ ਬਾਦਲ ਨਾਲ 5-7 ਵਾਰਾਂ ਉਹਨਾਂ ਦਾ ਟੈਲੀਫੋਨ ਆਇਆ, ਕੁਦਰਤੀ ਮੈਂ ਨਹੀਂ ਉਹਨਾਂ ਨੂੰ ਮਿਲ ਸਕਿਆ, ਬੰਨਿਓ ਚੰਨਿਓ ਵੀ ਕਈ ਆਏ ਨਹੀਂ ਮਿਲ ਸਕੇ, ਪਰ 7 ਤਰੀਕ ਤੋਂ ਬਾਅਦ ਕੋਈ ਉਹਨਾਂ ਦਾ ਟੈਲੀਫੋਨ ਨਹੀਂ ਆਇਆ। ਔਰ ਹਾਂਜੀ, ਉਹ ਜੀ ਬਾਦਲ ਸਾਹਿਬ ਸਿਆਣੇ ਨੇ, ਬਾਕੀ ਮੇਰਾ ਸਰਦਾਰ ਸੁਖਬੀਰ ਸਿੰਘ ਜੋ ਸਾਡੇ ਪ੍ਰਧਾਨ ਨੇ ਉਹ ਵੀ ਸਿਆਣੇ ਨੇ, ਬਿਕਰਮ ਸਿੰਘ ਮਜੀਠੀਆ ਬਹੁਤ ਸਿਆਣਾ ਵਾ, ਅਕਾਲੀ ਦਲ ਚੱਲੇਗਾ ਵਧੇ ਫੁੱਲੇਗਾ ਜੀ। ਪਰ ਜਿਹੜਾ ਅਕਾਲੀ ਦਲ ਦੇ ਵਿੱਚ ਅੱਜ ਕੱਲ੍ਹ ਜੈਲ ਅਕਾਲੀ ਦਲ ਆ ਗਿਆ, ਔਰ ਉਹ ਨਹੀਂ ਜੀ, ਫਿਰ ਉਮਰ ਦੇ ਨਾਲ ਰਿਟਾਇਰ ਹੋ ਹੀ ਜਾਣਾ ਚਾਹੀਦਾ, ਐਵੇਂ ਲਮਕੇ ਨਹੀਂ ਰਹਿਣਾ ਚਾਹੀਦਾ, ਕੰਮ ਹੀ ਨਹੀਂ ਕਰ ਸਕਦੇ।
ਬਹੁਤ ਸਿਆਣੇ ਨੇ ਉਹ ਕੋਈ ਘੱਟ ਸਿਆਣੇ ਤਾਂ ਨਹੀਂ ਗੇ, ਬਸ ਉਹ ਟੀਮ ਵਰਕ ਹੀ ਹੁੰਦਾ ਨਾ। ਮਤਲਬ ਆਪਾਂ ਗੱਲਾਂ ਕਰਦੇ ਆ, ਇਹਨਾਂ ਗੱਲਾਂ ਦਾ ਮਤਲਬ ਕੋਈ ਨਹੀਂ। ਪਾਰਟੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਰੁਤਬਾ ਵਾ, ਪਾਰਟੀ 'ਚ ਸਤਿਕਾਰ ਆ, ਸਰਦਾਰ ਸੁਖਬੀਰ ਸਿੰਘ ਦੀਆਂ ਨਿਗ੍ਹਾ 'ਚ ਚੰਗਾ ਵਾ, ਬਾਦਲ ਸਾਹਿਬ ਦੀਆਂ ਨਿਗ੍ਹਾ 'ਚ ਚੰਗਾ ਵਾ, ਹੋਰ ਲੋਕਾਂ ਦੀ ਨਿਗ੍ਹਾ 'ਚ ਚੰਗਾ। ਜੇ ਕੋਈ ਅਸੀਂ ਕੋਈ ਬੰਦਾ ਕਵੇ ਬਈ ਆਹ ਵਾ ਤਾਂ ਉਹ ਮੈਂ ਸਮਝਦਾ ਗੱਲ ਕੋਈ ਮੈਂ ਨਹੀਂ ਸਮਝਦਾ ਚੰਗੀ ਗੱਲ ਹੈ। ਨਾ ਨਾਰਾਜ਼ਗੀ ਕੋਈ ਨਹੀਂ, ਮੈਂ ਤਾਂ ਤੁਹਾਨੂੰ ਦੱਸਿਆ 82 ਸਾਲ ਦਾ ਮੈਂ ਹੁਣ ਹੋ ਗਿਆ, ਅਤੇ 82 ਸਾਲ ਦੀ ਉਮਰ ਦੇ ਵਿੱਚ ਵੇਖ ਲਓ ਆਪਣੀ ਬਹੁਤ ਲੰਬਾ ਸਮਾਂ ਹੋ ਗਿਆ। 60 ਸਾਲ ਤਾਂ ਮੈਨੂੰ ਹੋ ਗਿਆ, 60 ਸਾਲ ਪਹਿਲਾਂ ਮੈਂ ਸ਼੍ਰੋਮਣੀ ਅਕਾਲੀ ਦਲ 'ਚ ਕੈਦ ਕੱਟੀ ਆ। ਕੋਈ ਮੋਰਚਾ ਨਹੀਂ ਪੰਜਾਬੀ ਸੂਬੇ ਤੋਂ ਪਹਿਲਾਂ ਤੋਂ ਦੇ ਕੇ ਜਿਹੜਾ ਚੱਲਿਆ ਹੋਇਆ, ਜਿਹਦੇ 'ਚ ਮੈਂ ਕੈਦ 10-12 ਸਾਲ ਕੈਦ ਕੱਟੀ ਆ। ਨਹੀਂ ਜੀ ਪੁੱਛਣ, ਸਾਨੂੰ ਮਾਫ਼ ਕਰਨਾ ਜੀ, ਪੁੱਛਣ ਤਾਂ ਮੈਂ ਤੁਹਾਨੂੰ ਮੈਨੂੰ ਪੁੱਛਿਆ ਵੀ 7 ਤਰੀਕ ਤੋਂ ਪਹਿਲਾਂ, 7 ਤਰੀਕ ਤੋਂ ਪਹਿਲਾਂ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਆ, ਟੈਲੀਫੋਨ 'ਤੇ ਕੋਸ਼ਿਸ਼ ਕਰਦੇ ਰਹੇ ਆ, ਅੱਗਾ ਪਿੱਛਾ ਹੋ ਜਾਂਦਾ ਰਿਹਾ। 7 ਤਰੀਕ ਤੋਂ ਬਾਅਦ ਸਾਡੇ ਨਾਲ ਕੋਈ ਕਿਸੇ ਦਾ ਕੋਈ ਸੰਪਰਕ ਨਹੀਂ, ਕੋਈ ਨਾਰਾਜ਼ ਅਸੀਂ ਆਏ ਨਹੀਂ ਗੇ। ਨਾਰਾਜ਼ ਅਸੀਂ ਕਿਉਂ ਆ, ਨਾਰਾਜ਼ ਅਸੀਂ ਕਿਉਂ ਆ, ਨਾਰਾਜ਼ ਨਹੀਂ ਗਏ ਅਸੀਂ। ਉਹਦੇ 'ਤੇ ਵੇਖੋ, ਅਸੀਂ ਜਿਹੜੀ ਉਹ ਪ੍ਰੈਸ ਕਾਨਫਰੰਸ ਕੀਤੀ ਸੀ ਡਾਕਟਰ ਰਣ ਸਿੰਘ ਨਾਲਾ ਦੇ ਘਰ, ਉਹਦੇ 'ਚ ਅਸੀਂ 2 ਗੱਲਾਂ ਕੀਤੀਆਂ ਸੀ। ਇੱਕ ਤਾਂ ਜਿਹੜਾ ਉਹ ਸਾਧ ਆ ਉਹਨੂੰ ਜਿਹੜਾ ਮਾਫ਼ ਕੀਤਾ, ਬਹੁਤ ਮਾੜੀ ਗੱਲ ਹੋਈ, ਨਹੀਂ ਕਰਨਾ ਚਾਹੀਦਾ। ਫਿਰ ਆਪਣੇ ਆਪ ਹੀ ਉਹਨੂੰ ਜਿਹੜਾ ਵਾ ਕਹਿਤਾ, ਨਹੀਂ ਜੀ ਅਸੀਂ ਨਹੀਂ ਮਾਫ਼ ਕੀਤਾ। ਕਿੱਡਾ ਵੱਡਾ ਲੋਕਾਂ 'ਤੇ ਜੈਂਟਮੈਂਟ ਸੀ, ਕਿਸ ਤਰ੍ਹਾਂ ਦੇ ਹਾਲਾਤ ਹੋਏ। ਉਸ ਤੋਂ ਬਾਅਦ ਬਰਗਾੜੀ ਕਾਂਡ, ਬਰਗਾੜੀ ਕਾਂਡ ਦੇ ਵਿੱਚ ਵੀ ਲੋਕ ਮਤਲਬ ਕਿੰਨਾ ਲੰਮਾ ਸਮਾਂ ਹੋ ਗਿਆ, ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ। ਅਸੀਂ ਚਾਹੁੰਦੇ ਹਾਂ ਛੇਤੀ ਤੋਂ ਛੇਤੀ ਉਹਨਾਂ ਨੂੰ ਇਨਸਾਫ਼ ਮਿਲੇ, ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਮਿਲੇ। ਹੋਰ ਤਾਂ ਕੋਈ ਗੱਲ ਹੀ ਨਹੀਂ। ਇਹ ਬਾਦਲ ਸਾਹਿਬ ਵੀ ਵੱਡੇ ਕਹਿੰਦੇ ਆ ਵੀ ਉਹਨਾਂ ਨੂੰ ਫਾਹੇ ਲਾਓ ਜਿਹੜੇ ਦੋਸ਼ੀ ਨੇ, ਅਤੇ ਅਸੀਂ ਵੀ ਕਹਿੰਦੇ ਫੜੋ ਉਹਨਾਂ ਨੂੰ ਫਾਹੇ ਲਾਓ। ਵੇਖੋ ਸਰਦਾਰ ਸਾਹਿਬ, ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰਦਾ ਵਾਂ ਕਿ ਸਾਰੀਆਂ ਗੱਲਾਂ ਜਿਹੜੀਆਂ ਪ੍ਰੈਸ ਦੇ ਸਾਹਮਣੇ ਨਹੀਂ ਹੁੰਦੀਆਂ, ਮੀਟਿੰਗਾਂ ਹੁੰਦੀਆਂ ਨੇ, ਕੋਰ ਕਮੇਟੀ ਦੀਆਂ ਮੀਟਿੰਗਾਂ ਹੁੰਦੀਆਂ ਨੇ, ਹੋਰ ਇਦੋਂ ਵੀ ਵੱਡੀਆਂ ਛੋਟੀਆਂ ਮੀਟਿੰਗਾਂ ਹੁੰਦੀਆਂ ਨੇ। ਉਹਦੇ ਵਿੱਚ ਜਿਹੜੇ ਪਾਰਟੀ ਦੇ ਲੀਡਰ ਨੇ ਉਹ ਆਪੋ ਆਪਣੀਆਂ ਗੱਲਾਂ ਵਿਚਾਰ ਰੱਖਦੇ ਨੇ, ਅਤੇ ਪਾਰਟੀ ਦੇ ਵਿੱਚ ਵੀ ਗੱਲਾਂ ਹੁੰਦੀਆਂ ਰਹੀਆਂ, ਹੁੰਦੀਆਂ ਕਿਉਂ ਨਹੀਂ ਰਹੀਆਂ, ਪਰ ਉਹ ਪਾਰਟੀ 'ਚ ਹੁੰਦੀਆਂ ਰਹੀਆਂ। ਵਿਰੋਧ ਤਾਂ ਵੇਖੋ ਕਾਂਗਰਸ ਦੀ ਰੂਲਿੰਗ ਪਾਰਟੀ ਆ, ਉਹਨਾਂ ਦੇ ਖਿਲਾਫ਼ ਹੀ ਹੋਈ ਜਾਂਦੇ ਆ ਵਿਰੋਧ, ਤਾਂ ਕੀ ਆ ਡੈਮੋਕ੍ਰੇਟਿਕ ਸਿਸਟਮ ਦੇ ਵਿੱਚ। ਇਹ ਜੀ ਮੂਵਮੈਂਟ ਹੋ ਜਾਂਦਾ, ਹਰ ਇੱਕ ਦਾ ਹੀ ਹੋ ਜਾਂਦਾ, ਵੱਡੇ ਛੋਟੇ ਨੂੰ ਕੌਣ ਵੇਖਦਾ। ਮੋਦੀ ਜਾਂਦਾ ਵਾ, ਇਹਦਾ ਵਿਰੋਧ ਹੋ ਜਾਂਦਾ, ਹੋਰ ਜਾਂਦੇ ਨੇ ਉਹਨਾਂ ਦੇ ਵਿਰੋਧ ਹੋ ਜਾਂਦੇ ਨੇ। ਸਾਡੀ ਗੱਲ ਨਹੀਂ ਸੁਣੀ ਗਈ, ਇਹ ਐਸੀ ਕੋਈ ਗੱਲ ਨਹੀਂ, ਨਾ ਸਾਨੂੰ ਇਸ ਗੱਲ 'ਤੇ ਕੋਈ ਹੈ ਹੀ ਆ। ਪਾਰਟੀ 'ਚ 60 ਸਾਲ ਇਕੱਠੇ ਹੀ ਰਹੇ ਹਾਂ, ਪਾਰਟੀ ਦੇ ਵਿੱਚ 60 ਸਾਲ ਇਕੱਠੇ ਰਹੇ ਹਾਂ, ਕੋਈ ਇੱਡੀ ਗੱਲ ਤਾਂ ਹੈ ਨਹੀਂ। ਐਸਾ ਤਾਂ ਜੀ ਕੁਛ ਅਸੀਂ ਕਿਹਾ ਹੀ ਨਹੀਂ, ਅਸੀਂ ਤਾਂ ਜਿਹੜੀਆਂ 2 ਗੱਲਾਂ ਕਹੀਆਂ, ਇੱਕ ਤਾਂ ਉਹ ਸਾਧ ਨੂੰ ਜਿਹੜੀ ਮਾਫ਼ੀ ਦਿੱਤੀ ਆ ਉਹਦੇ ਅਸੀਂ ਖਿਲਾਫ਼ ਸਾਂ, ਅਤੇ ਇੱਕ ਜਿਹੜਾ ਬਰਗਾੜੀ ਕਾਂਡ ਆ ਉਹਦੀ ਜਿਹੜੀ ਢਿੱਲ ਮੱਠ ਹੋਈ ਆ
ਉਹਦਾ ਅਜੇ ਤੱਕ ਜਿਹੜੇ ਬੰਦਿਆਂ ਨੂੰ ਗੋਲੀਆਂ ਵੱਜੀਆਂ ਆ ਸ਼ਹੀਦ ਹੋ ਗਏ ਨੇ, ਕੁਝ ਬੰਦੇ ਫਟੜ ਵੀ ਹੋ ਗਏ ਨੇ, ਉਹਦੀ ਜਿਹੜੀ ਜਾਂਚ ਆ ਜਿਹੜੀ ਆ ਉਹ ਢਿੱਲੀ ਮੱਠੀ ਰਹੀ ਹੈ। ਇਸ ਗੱਲ ਦੇ ਖਿਲਾਫ ਇਨਸਾਫ ਮਿਲਣਾ ਚਾਹੀਦਾ, ਛੇਤੀ ਮਿਲਣਾ ਚਾਹੀਦਾ, ਹੋਰ ਤਾਂ ਕੋਈ ਗੱਲ ਨਹੀਂ। ਨਹੀਂ ਅਸੀਂ ਕਦੋਂ ਤੁਹਾਨੂੰ ਕਿਹਾ ਸਰਗਰਮੀ ਨਾਲ ਕੰਮ ਨਹੀਂ ਕਰਾਂਗੇ, ਕਰਾਂਗੇ ਜਿੰਨੀ ਜੋਗੇ ਹੈਗੇ ਪਾਰਟੀ 'ਚ ਦੇਖ ਕੇ ਸਫਾਈ ਤਰ੍ਹਾਂ ਲੜਦਾ ਸਫਾਈ ਦੇ ਤੌਰ 'ਤੇ ਕੰਮ ਕਰਾਂਗੇ। ਚਲੋ ਹੁਣ ਆਪਾਂ ਛੱਡੀਏ, ਤੁਹਾਨੂੰ ਪਤਾ ਵਾ ਸਾਰੀ ਗੱਲ ਦਾ। ਬਰਗਾੜੀ ਉਹ ਤੁਹਾਡੀ ਸਰਕਾਰ ਵੇਲੇ ਇਹ ਮੁੱਦੇ ਕਿਉਂ ਨਹੀਂ ਚੁੱਕੇਗਾ ਤੁਸੀਂ? ਸਰਕਾਰ ਵੇਲੇ ਉਦੋਂ ਨਾਲ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ। ਸਰਦਾਰ ਸਾਹਿਬ ਤੁਹਾਡਾ ਧਿਆਨ ਪਰਾਂ ਚਲ ਗਿਆ ਸੀਗਾ, ਮੈਂ ਤੁਹਾਨੂੰ ਇਹ ਗੱਲ ਕਹੀ ਆ ਵੀ ਤੁਹਾਨੂੰ ਕਿਵੇਂ ਪਤਾ ਲੱਗੇ ਪਾਰਟੀਆਂ ਦੇ ਵਿੱਚ ਗੱਲਾਂ ਹੁੰਦੀਆਂ ਨੇ, ਸਾਰੀਆਂ ਗੱਲਾਂ ਪਾਰਟੀਆਂ ਦੀਆਂ ਬਾਹਰ ਨਹੀਂ ਆਉਂਦੀਆਂ। ਜਦੋਂ ਰਿਜ਼ਲਟ ਆ ਗਿਆ ਅਕਾਲੀ ਦਲ ਹਾਰ ਗਿਆ, ਜਿਹੜੀਆਂ ਗੱਲਾਂ ਅਸੀਂ ਕਹਿੰਦੇ ਸਾਂ ਉਹਦਾ ਰਿਜ਼ਲਟ ਸੀਗਾ ਵੀ ਅਕਾਲੀ ਦਲ ਹਾਰ ਗਿਆ, ਅਤੇ ਫਿਰ ਉਦੋਂ ਬਾਅਦ ਤਾਂ ਫਿਰ ਲੋਕ ਸਾਰੇ ਕਹਿਣ ਲੱਗ ਗਏ ਕਿ ਆਹ ਵਜ੍ਹਾ ਵਾ ਅਤੇ ਇਸ ਕਰਕੇ ਅਕਾਲੀ ਦਲ। ਕਾਂਗਰਸ ਸਰਕਾਰ ਕੋਲ ਮੈਂ ਤਾਂ ਸਵਾਲ ਕੀਤਾ ਸੀ, ਕਾਂਗਰਸ ਸਰਕਾਰ ਤੋਂ ਇਨਸਾਫ ਦੀ ਉਮੀਦ ਲਗਾਈ ਜਾ ਰਹੀ ਹੈ, ਪਰ ਅਕਾਲੀ ਦਲ ਜਦੋਂ ਸੀ ਕਿਤੇ ਨਾ ਕਿਤੇ ਇਹ ਉਦੋਂ ਕਿਉਂ ਨਹੀਂ ਆ ਪ੍ਰੈਸ ਕਾਨਫਰੰਸਾਂ ਹੋਈਆਂ, ਕਿਉਂ ਨਹੀਂ ਮੀਡੀਆ ਨੂੰ ਉਦੋਂ ਬੁਲਾਇਆ ਗਿਆ, ਅੰਦਰ ਮੀਟਿੰਗਾਂ ਕਿਉਂ ਹੋਈਆਂ, ਬਾਹਰ ਕਿਉਂ ਨਹੀਂ ਹੋਈਆਂ? ਮਤਲਬ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨੇ ਤੇ ਪ੍ਰਧਾਨ ਤੇ ਫਿਰ ਜਰਨੈਲ ਹੀ ਹੁੰਦਾ, ਸਿਪਾਹੀ ਤੇ ਜਿਹੜਾ ਦੂਰ ਆ ਸਿਪਾਹੀ ਹੁੰਦਾ, ਭਾਵੇਂ ਉਹ 60 ਸਾਲਾਂ ਦਾ, ਭਾਵੇਂ ਉਹ 17 ਸਾਲਾਂ ਦਾ ਕੰਮ ਕਰਦਾ, ਭਾਵੇਂ ਉਹ ਕਿੱਡਾ ਵੱਡਾ ਕੁਰਬਾਨੀ ਵਾਲਾ, ਉਹ ਤੇ ਸਿਪਾਹੀ ਆ। ਨਹੀਂ ਅਸੀਂ ਉਹਨਾਂ ਦੀ ਲੀਡਰਸ਼ਿਪ ਦੇ ਥੱਲੇ ਕੰਮ ਕਰਦੇ ਰਹੇ ਹਾਂ, ਅੱਜ ਵੀ ਅਸੀਂ ਪਾਰਟੀ ਦੇ ਵਿੱਚ ਆ, ਸਾਨੂੰ ਕੀ ਆ? ਪਰਮਪੁਰਾ ਸਾਹਿਬ ਮਾਝੇ ਦੇ ਵਿੱਚ ਜਦੋਂ ਪਿਛਲੀ ਦੀ ਆਪਾਂ ਮੀਟਿੰਗ ਕੀਤੀ ਆ ਤੇ ਮਾਝੇ ਦੇ ਜਿਹੜੇ ਪੁਰਾਣੇ ਅਕਾਲੀ ਆਗੂ ਸੀ ਤੁਹਾਡੇ ਨਾਲ ਜੁੜਨੇ ਸ਼ੁਰੂ ਹੋ ਗਏ ਸੀ ਕਿ ਆਪਾਂ ਪੁਰਾਣੇ ਜਰਨੈਲ ਜਰਨੈਲ ਮੰਨਣਾ ਤੇ ਆਪਾਂ ਇਹਦੇ ਮਗਰ ਚੱਲਣਾ, ਤੁਹਾਡਾ ਤਾਂ ਕਾਫਲਾ ਵੱਡਾ ਹੋ ਰਿਹਾ ਸੀ ਜੀ, ਹੁਣ ਭਾਵੇਂ ਮੈਂ ਗੱਲ ਨਹੀਂ ਸਮਝੀ ਤੁਹਾਡੀ, ਸਾਰੇ ਇਕੱਠੇ ਹਾਂ। ਨਹੀਂ ਨਹੀਂ ਭਾਈ ਮਨਜੀਤ ਸਿੰਘ ਉਹ ਤੇ ਖੈਰ ਬਹੁਤੀਆਂ ਗੱਲਾਂ ਜੇ ਪੁੱਛਣੀਆਂ ਤਾਂ ਉਹਨੂੰ ਪੁੱਛ ਸਕਦੇ ਹਾਂ, ਲੇਕਿਨ ਉਹ ਵੀ ਉਹ ਤੇ ਬਰਗਾੜੀ ਜਾ ਕੇ ਤੇ ਉਹਨਾਂ ਦੀ ਸਟੇਜ ਤੇ ਵੀ ਆਪਣਾ ਭਾਸ਼ਣ ਪੁੱਛਣ ਦੇ ਆਏ ਨੇ, ਅਤੇ ਬਾਕੀ ਇੱਕ ਆਹ ਬੈਠੇ ਨੇ, ਇੱਕ ਸੇਖਵਾਂ ਸਾਹਿਬ ਚੰਡੀਗੜ੍ਹ ਗਏ ਨੇ, ਉਹ ਅੱਜ ਕਿਉਂਕਿ ਮੈਂ ਇੱਕਦਮ ਹੀ ਇਹ ਪ੍ਰੈਸ ਕਾਨਫਰੰਸ ਜਿਹੜੀ ਆ ਇਹਨਾਂ ਨੂੰ ਕਿਹਾ ਵੀ ਸੱਦੋ, ਮੇਰੇ ਮਨ ਦੇ ਵਿੱਚ ਇਹ ਆ ਵੀ ਜਿਹੜਾ ਦੱਸਣ ਸੁਣ ਮੈਂ ਜੋ ਕੇ ਜਾਊਗਾ ਤੇ ਉਹ ਦੱਸਿਆ ਵੀ ਦੋ ਗੱਲਾਂ ਆਈਆਂ, ਇੱਕ ਜਿਹੜਾ ਡੇਰਾ ਸਿਰਸਾ ਨੂੰ ਮਾਫ ਕਰਨਾ, ਦੂਸਰਾ ਬਰਗਾੜੀ ਕਾਂਡ। ਨਹੀਂ ਇਹਦੇ 'ਚ ਪਾਰਟੀ ਦਾ ਤੇ ਪਾਰਟੀ ਦੀ ਤਾਂ ਚਲੋ ਇਹਦੇ 'ਚ ਜੋ ਕੁਛ ਹੈ ਹੋਰ ਮੈਂ ਕੀ ਕਹਾਂ, ਪਰ ਇਹਦੇ ਵਿੱਚ ਅਸੀਂ ਤਾਂ ਇਹ ਵੀ ਕਹਿੰਦੇ ਹਾਂ ਉਹ ਗਲਤੀ ਹੋਈ ਅਕਾਲੀ ਦਲ ਨੂੰ, ਉਹਦੀ ਬਹੁਤ ਭਾਰੀ ਲੋਕਾਂ ਨੇ ਸੱਟ ਮਾਰੀ। ਜਿਹੜਾ ਹੁਣ ਬਰਗਾੜੀ ਕਾਂਡ ਦਾ ਜਿਹੜਾ ਕੋਈ ਹੈਗਾ ਵਾ ਇਹ ਮਸਲਾ ਸਾਰਾ ਚੱਲ ਰਿਹਾ, ਉਹਦੇ ਵਿੱਚ ਇਨਸਾਫ ਮਿਲਣਾ ਚਾਹੀਦਾ, ਛੇਤੀ ਇਨਸਾਫ ਮਿਲਣਾ ਚਾਹੀਦਾ, ਔਰ ਜਿਹੜੇ ਲੋਕਾਂ ਨੇ ਇਹ ਸਭ ਕੁਛ ਅੱਗੇ ਪਿੱਛੇ ਦੀ ਕੇ ਕੀਤਾ ਵਾ ਉਹਨਾਂ ਸਾਰਿਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਨਾ ਹੁਣ ਤਾਂ ਕਾਂਗਰਸ ਸਰਕਾਰ ਹੈ, ਨਹੀਂ ਵਾਪਰਿਆ ਮੇਰਾ ਮਤਲਬ ਜੇ ਉਸ ਵੇਲੇ ਹੁਣ ਅਕਾਲੀ ਦਲ ਦੇ ਖਿਲਾਫ ਬੋਲਦੇ ਨੇ ਕਿ ਬਰਗਾੜੀ ਕਾਂਡ ਵੇਲੇ ਆਹ ਹੋਇਆ ਆਹ ਹੋਇਆ, ਉਸ ਵੇਲੇ ਵੀ ਜਿਹੜਾ ਇਹ ਇਹਦਾ ਮਸਲਾ ਹੱਲ ਹੋਣਾ ਚਾਹੀਦਾ ਸੀ, ਉਹਦੇ 'ਚ ਵੀ ਢਿੱਲ ਮੱਠ ਰਹੀ ਆ। ਉਹ ਤਾਂ ਹੁਣ ਫਿਰ ਕਮਿਸ਼ਨ ਆ ਜਿਹੜਾ ਉਹ ਦੱਸ ਦੂਗਾ। ਕਮਿਸ਼ਨ ਦੀ ਰਿਪੋਰਟ ਮੈਂ ਤਾਂ ਪੜ੍ਹੀ ਨਹੀਂ, ਤੁਸੀਂ ਪੜ੍ਹੀ ਹੋਣੀ ਆ, ਉਹਦੇ ਵਿੱਚ ਸਾਨੂੰ ਦੱਸਦੇ ਵੀ ਬਾਦਲ ਸਾਹਿਬ ਦਾ ਤਾਂ ਨਾਂ ਹੀ ਕਿਤੇ ਨੀਗਾ, ਹੁਣ ਕੀ ਕਰੀਏ ਦੱਸੋ ਕੀ ਕੀ ਆ ਸਰ? ਜਵਾਬ ਸੁਖਬੀਰ
ਸੁਖਬੀਰ ਬਾਦਲ ਕਰਨ ਡਿਆ ਵਾ ਤੁਸੀਂ ਆਪਣੀਆਂ ਕਮੀਆਂ ਗਿਣਾਈਆਂ ਕਿ ਐਡੇ ਵੱਡੇ ਵੱਡੇ ਹੋ ਗਏ ਜਿਹਦੇ ਕਰਕੇ ਇੰਨਾ ਕ੍ਰਾਈਸਿਸ ਆ ਗਿਆ ਪਾਰਟੀ ਦੇ ਵਿੱਚ ਸੁਖਬੀਰ ਬਾਦਲ ਸ਼ੁਡ ਕੰਟੀਨਿਊ ਟੂ ਲੀਡ ਦ ਪਾਰਟੀ ਔਰ ਨਾਟ ਬਸ ਇਹ ਦੱਸ ਨਹੀਂ ਜੀ ਮੈਂ ਇਹਦੇ ਬਾਰੇ ਕੁਛ ਨਹੀਂ ਦੱਸ ਸਕਦਾ ਪਰ ਹਜੇ ਤੱਕ ਤੁਸੀਂ ਕਾਰਨ ਅਸਲੀ ਦੱਸ ਹੀ ਨਹੀਂ ਰਹੇ ਕਾਰਨ ਤੇ ਦੱਸਤਾ ਅਸਤੀਫਾ ਦੇਤਾ ਵਾ ਨਹੀਂ ਨਹੀਂ ਮੇਰਾ ਮਤਲਬ ਚਲੋ ਤੁਸੀਂ ਗੱਲ ਸੁਣੋ ਬਹੁਤੀਆਂ ਗੱਲਾਂ ਤੇ ਤੁਸੀਂ ਸਮਝਦੇ ਕਿਉਂ ਸਾਡੇ ਮੂੰਹ ਤੇ ਤੁਸੀਂ ਪਾਉਂਦੇ ਤੁਸੀਂ ਸਾਡੇ ਮੂੰਹ ਚੋਂ ਕਿਉਂ ਖੋਣੇ ਆ ਅਸੀਂ ਤਾਂ ਇਸ ਤਰ੍ਹਾਂ ਹੀ ਕਹਿਣਾ ਜਿਸ ਤਰ੍ਹਾਂ ਕਹੀ ਜਾਂਦੇ ਤੇ ਤੁਸੀਂ ਸਮਝ ਲਓ ਗੱਲ ਨੂੰ ਵੀ ਕਿਤੇ ਸਮਝੌਤੇ ਦੀ ਵੀ ਗੱਲ ਹੋ ਸਕਦੀ ਹੈ ਦੇਖੋ ਜੀ ਜੇ ਫਰਜ਼ ਕਰ ਨਗਾਰਨਾ ਹੁੰਦਾ ਤਾਂ ਅਸੀਂ ਹਰਦੇ ਕਿਉਂ ਅਸੀਂ ਜਿਹੜੀਆਂ ਅਸੈਂਬਲੀ ਦੀਆਂ ਇਲੈਕਸ਼ਨਾਂ ਹਰੇ ਹਾਂ ਉਹ ਇਹ ਇਹ ਦੋ ਮੇਜਰ ਕਾਰਨ ਹੈ ਜਿਸ ਕਰਕੇ ਅਸੀਂ ਹਰੇ ਹਾਂ ਇਹਦਾ ਮਤਲਬ ਲੀਡਰਸ਼ਿਪ ਠੀਕ ਹੀ ਨਹੀਂ ਨਾ ਜੀ ਇਹ ਪ੍ਰੋਬਲਮ ਹੈ ਨਾ ਚੇਂਜ ਦੀ ਲੋੜ ਹੈ ਨਾ ਜੀ ਚੇਂਜ ਦੀ ਲੋੜ ਹੈ ਤੁਹਾਡਾ ਇੰਨਾ ਐਕਸਪੀਰੀਅੰਸ ਹੈ ਸਰ ਸਾਰੀਆਂ ਗੱਲਾਂ ਹੁਣ ਤੋਂ ਕੀ ਤੁਹਾਨੂੰ ਕੀ ਉਹ ਤੁਸੀਂ ਸਿਆਣੇ ਹੋ ਸਭ ਕੁਝ ਸਮਝਦੇ ਹੋ ਤੁਹਾਨੂੰ ਇਹ ਮੈਂ ਦੱਸਦਾ ਵੀ ਕੋਰ ਕਮੇਟੀ ਦੀ ਮੈਂਬਰੀ ਤੋਂ ਅਸਤੀਫਾ ਦਿੱਤਾ ਜਿਹੜਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ ਮੈਂ ਮੁੜ ਤੋਂ ਬਣਿਆ 40 ਸਾਲ ਹੋ ਗਿਆ ਉਹਦੇ ਤੋਂ ਅਸਤੀਫਾ ਦੇ ਦਿੱਤਾ 2019 'ਚ ਜਿਹੜੀ ਲੋਕ ਸਭਾ ਦੀ ਚੋਣ ਆਉਣੀ ਆ ਮੈਂ ਪਾਰਲੀਮੈਂਟ ਦਾ ਉਮੀਦਵਾਰ ਨਹੀਂ ਉਹ ਨਹੀਂ ਬਸ ਹੁਣ ਜਿਹੜਾ ਕੀ ਮੈਂ ਦੱਸ ਆਉਣ ਵਾਲੇ ਸਮੇਂ ਦੀਆਂ ਗੱਲਾਂ ਪੁੱਛੀ ਜਾਂਦੀਆਂ ਕੀ ਪਤਾ ਆਉਣ ਵਾਲੇ ਸਾਧ ਨੂੰ ਅਕਾਲੀ ਦਲ ਤਾਂ ਉਹਨੇ ਸੱਚਾ ਹੀ ਨਾਸ ਉਹ ਇਸ਼ੂ ਨੇ ਕਰਤਾ ਅਤੇ ਅਕਾਲੀ ਦਲ ਨੂੰ ਇਹ ਤਾਂ ਅਕਾਲੀ ਦਲ ਫੈਸਲਾ ਕਰੇ ਹੁਣ ਤੁਹਾਡੀ ਰਾਏ ਮੁਤਾਬਕ ਕੀ ਅਕਾਲੀ ਦਲ ਪਛਤਾਵ ਕੀ ਹੋਣਾ ਚਾਹੀਦਾ ਜੀ ਇਹਦਾ ਉਹਨਾਂ ਨੂੰ ਪੁੱਛੋ ਜੀ ਜਿਹੜੇ ਸਾਡੇ ਵੱਡੇ ਨੇ ਯਾਨੀ ਗੁਰਬਚਨ ਸਿੰਘ ਆਪਣੇ ਲਿਖਤੀ ਲਿਖ ਚੁੱਕੇ ਆ ਕਿ ਸਾਡੇ ਕੋਲ ਗਲਤੀਆਂ ਹੋਈਆਂ ਹੁਣ ਅਕਾਲੀ ਦਲ ਕਿਉਂ ਨਹੀਂ ਸਵੀਕਾਰ ਕਰ ਰਿਹਾ ਕਿ ਇਹ ਗਲਤੀਆਂ ਕਰਵਾਈਆਂ ਗਈਆਂ ਉਹ ਬਈ ਪੁੱਛੋ ਉਹਨਾਂ ਨੂੰ ਜਾ ਕੇ ਪੁੱਛੋ ਸਾਨੂੰ ਮੈਂਬਰ ਆ ਤੁਹਾਡੇ ਨਾਲ ਬੈਠੇ ਅਸੀਂ ਤਾਂ ਜਿਹੜੇ ਹੈਗੇ ਆ ਉਹ ਤੋਂ ਅਸੀਂ ਵਾ ਦੇਤਾ ਵਾ ਤੁਹਾਡੇ ਨਾਲ ਬੈਠੇ ਮੈਂਬਰ ਹੈਗੇ ਆ ਅਸਤੀਫਾ ਤੁਹਾਡਾ ਜਦੋਂ ਗਲਤੀਆਂ ਹੋਈਆਂ ਉਦੋਂ ਤੇ ਬ੍ਰਹਮਪੁਰਾ ਸਾਹਿਬ ਤੁਸੀਂ ਗਏ ਆ ਦਰਬਾਰ ਸਾਹਿਬ ਗਏ ਆ ਸਾਰੇ ਜਣੇ ਵੇਖੋ ਗਏ ਆ ਜਾ ਕੇ ਮਹਾਰਾਜ ਗਾੜੀ ਕਿਹਾ ਹੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਕੋਲ ਜਾਣੇ ਅਣਜਾਣੇ ਜੇ ਕੋਈ ਗਲਤੀ ਹੋ ਗਈ ਹੈ ਤਾਂ ਮਿਹਰ ਕਰੋ ਕਿਰਪਾ ਕਰੋ ਮਾਫ਼ ਕਰੋ ਪੰਥ ਦੀ ਚੜ੍ਹਦੀ ਕਲਾ ਕਰੋ ਹਰਮਦਾ ਨੇ ਫਤਿਹ ਬਖਸ਼ੋ ਅਤੇ ਸਰਬੱਤ ਦਾ ਭਲਾ ਹੋਇਆ ਨਹੀਂ ਅਸੀਂ ਤੁਸੀਂ ਹੱਡੋਗੇ ਤੁਸੀਂ ਮਰੋੜਦੇ ਤਰੋੜਦੇ ਕਿਉਂ ਜਿਸ ਤਰ੍ਹਾਂ ਮੈਂ ਕਿਹਾ ਵਾ ਨਹੀਂ ਤੁਹਾਨੂੰ ਪੁੱਛਿਆ ਤਾਂ ਤੁਹਾਨੂੰ ਡਰ ਲੱਗਾ ਆ ਗਿਆ ਬਈ ਜਿਹੜੀਆਂ ਦੋ ਗੱਲਾਂ ਕਰਕੇ ਪਾਰਟੀ ਦੀ ਹਾਰ ਹੋਈ ਆ ਜਦ ਤੱਕ ਉਹਦਾ ਫੈਸਲਾ ਕਿਸੇ ਬੰਨੇ ਲੱਗਦਾ ਨਹੀਂ ਅਸੀਂ ਅਕਾਲੀ ਦਲ ਦਾ ਨਹੀਂ ਤਾਂ ਅਕਾਲੀ ਦਲ 'ਚ ਰਹਿਣਾ ਅਤੇ ਆਖਰੀ ਦਮ ਤੱਕ ਅਕਾਲੀ ਦਲ ਦੀ ਸੇਵਾ ਕਰਨੀ ਕਿਹੜੀਆਂ ਦੋ ਗਲਤੀਆਂ ਦੋ ਗਲਤੀਆਂ ਦੱਸ ਤੇ ਚੁੱਕੇ ਹਾਂ ਅਸੀਂ ਬਈ ਇੱਕ ਸਾਧ ਦੀ ਮਾਫ਼ੀ ਅਤੇ ਇੱਕ ਬਰਗਾੜੀ ਕਾਂਡ ਪਰ 3 ਸਾਲ ਬਾਅਦ ਕਿਉਂ ਜੀ 2015 ਦਾ ਅਸੀਂ ਪਾਰਟੀ 'ਚ ਗੱਲਾਂ ਕਰਦੇ ਰਹੇ ਹਾਂ ਵੀ ਇਹ ਗਲਤ ਹੋਇਆ ਜੇ ਨਹੀਂ ਉਹਨਾਂ ਕੀਤਾ ਤੇ ਤਾਂ ਹੀ ਅਸੀਂ ਰਿਜ਼ਾਈਨਮੈਂਟ ਸ਼ੋਅ ਕੀਤੀ ਹੈ ਢੀਂਡਾ ਸਾਹਿਬ ਨੇ ਅਸਤੀਫਾ ਦਿੱਤਾ ਹੁਣ ਰਣਜੀਤ ਸਿੰਘ ਬ੍ਰਹਮਪੁਰ ਨੇ ਅਸਤੀਫਾ ਦਿੱਤਾ ਉਹ ਤੁਹਾਡਾ ਵੀ ਕੋਈ ਮਨ ਬਣਿਆ ਕੋਈ ਅਸਤੀਫੇ ਵਾਸਤੇ ਜੀ ਜਿੱਦਾਂ ਤੁਸੀਂ ਕਹੋ ਕਰ ਲਾਂਗੇ